हमारी वीडियो अच्छी लगे तो सब्सक्राइब जरूर करें। ਸੈਂਪਲ ਜਸਰ ਇਹ ਸਲੋਟ ਤੇਰੇ ਪਿਓ ਮਾਰਨਾ ਸਲੋਟ ਸੇ ਸਲੋਟ ਦਾ ਮਜ਼ਾ ਨਹੀਂ ਆਇਆ ਗੋਡਾ ਨਿਕਲ ਜਾਵੇ ਇਹ ਸਲੋਟ ਮਾਰ ਸਰ ਸੈਂਪਲ ਸਲੋਟ ਦੀ ਚਸ ਨਹੀਂ ਆਉਂਦੀ ਪਈ ਫਾਟਾ ਕਨੋ ਪਤਾ ਨਹੀਂ ਰੋਲਾ ਕਿਆ ਤੇ ਗੜਾ ਕਿਆ ਪਿਆ ਖਲਾਇਆ ਅੱਜ ਤੁਹਾਨੂੰ ਆ ਜ਼ਬਾਨ ਬੰਦ ਕਰ ਆਇਓ ਆ ਚੋਪੜੀ ਦੇ ਮੂੰਹ ਆ ਲਿਆ ਸਲੂਟ ਤੇਰੇ ਚਾਚੇ ਮਾਰਦਾ ਆ ਸਲੂਟ ਮਾਰ ਯੈਸ ਸਰ ਆ ਸਲੂਟ ਮਾਰਨ ਦੀ ਆ ਤਮੀਜ਼ ਕਾਇ ਨਹੀਂ ਹੈ ਬੈ ਫਾਟਕ ਨੂੰ ਸਲੂਟ ਕਿਵੇਂ ਮਾਰਨਾ ਹੈ ਸਰ ਚਾਸ ਨਹੀਂ ਆਈ ਚਲੋ ਬਹਰਹਾਲ ਠੀਕ ਹੀ ਹੋ ਗਿਆ ਔਰ ਆ ਮੈਂ ਨਾ ਆ ਤੈਨੂੰ ਆ ਔਰ ਆ ਔਰ ਅੱਗਾ ਆਇਓ ਉੱਤੇ ਚੜ੍ਹ ਜਾਂਦੀ ਹੈ ਉੱਤੇ ਚੜ੍ਹ ਜਾਂਦੀ ਆਈ ਉੱਠੀ ਉੱਤਾ ਆਈ ਉੱਤਾ ਉੱਠੀ ਆਈ ਉੱਠੀ ਉੱਤਾ ਹੁਣ ਕੀ ਕਰਨਾ ਕਰਨਾ ਕੀ ਹੈ ਬਲਾ ਹੁਣ ਜ਼ੋਰ ਕੋਈ ਨਹੀਂ ਜ਼ੋਰ ਲਾਤੇ ਜ਼ੋਰ ਰੱਖ ਮਾਰ ਸਲੂਟ ਸਲੂਟ ਮਾਰਨ ਦੀ ਤਮੀਜ਼ ਕਾਇ ਨਹੀਂ ਇਹ ਤਾਕਤ ਤੁਹਾ ਤੰਗ ਹੈ ਖਾਧਾ ਪੀਤਾ ਕਰੋ ਖਾਧਾ ਓਜਰੀ ਕੱਢੀ ਕਿਸੇ ਚੀਜ਼ ਦੀ ਵੀ ਓਜਰੀ ਹੋਵੇ ਤੇ ਰਗੜ ਗਿਆ ਬੜੀ ਤਾਕਤ ਆਉਂਦੀ ਓਜਰੀ ਹੇਠਾ ਮੂੰਹ ਕਰ ਮੂੰਹ ਹੇਠਾ ਕਰ ਆਇਆ ਸੈਂਪਲ ਇਹ ਲਗਾਤਾਰ ਕਿਉਂ ਜੁੜਿਆ ਖਲਾ ਇਹ ਵਕਫੇ ਵਕਫੇ ਨਾਲ ਆਰਾਮ ਨਾਲ ਆ ਵੇਖਣ ਬਸ ਇਸ ਤੋਂ ਅੱਗੇ ਬਾਤ ਤਮੀਜ਼ ਨਹੀਂ ਕਰਨੀ ਠੀਕ ਹੈ ਠੀਕ ਹੈ ਸਰ ਆਇਓ ਹੱਸਦਾ ਕਿਉਂ ਕਿਉਂ ਹੱਸਣਾ ਆ ਕਿਉਂ ਹੱਸਣਾ ਹੈ ਕਿਉਂ ਹੱਸਣਾ ਹੈ ਜੇ ਹੁਣ ਹੱਸਿਓ ਨਾ ਤੇ ਦੰਦ ਬਾਹਰ ਨਾ ਦੰਦ ਹੋਸੇ ਨਾ ਹਾਸਾ ਮਲੋਮ ਹੋਸੀ ਸਿੱਧੀ ਓ ਖਲ ਆ ਸਿੱਧੀ ਓ ਯੈਸ ਸਰ ਤਮੀਜ਼ ਕਾਇ ਨਹੀਂ ਇਹਨਾਂ ਨੂੰ ਬਰਥੀ ਤਾਂ ਹੋ ਬੰਦੇ ਇਹ ਸਫਾਰਸ਼ੀ ਬਰਥੀ ਹੋ ਨਾ ਸਫਾਰਸ਼ੀ ਇੱਕ ਤਾਂ ਮੈਂ ਐਸ ਪੀ ਕੋਲੋਂ ਤੰਗ ਹਾਂ ਨਾਕਾ ਲਾਹੋ ਉਹ ਵੀ ਜੰਗਲ ਦੇ ਵਿੱਚ ਹੈ ਨਾਕਾ ਲਾਹੋ ਨਾ ਉਹ ਅੱਧੀ ਰਾਤੀ ਅੱਧੇ ਹੁੰਦੇ ਇੱਥੋਂ ਜੰਗਲ 'ਚੋਂ ਟੱਪਦਾ ਕਿਹੜਾ ਹੈ ਕੌਣ ਟੱਪਦਾ ਇੱਥੋਂ ਤਾਂ ਐਸ ਪੀ ਕੀਤਾ ਹੋਇਆ ਇੱਕ ਤਾਂ ਸਾਡਾ ਥਾਣਾ ਵੀ ਜੰਗਲ 'ਚ ਬਣਾਇਆ ਸੀ ਨਾ ਤਾਂ ਇੱਥੇ ਕੋਈ ਗੋਸ਼ਤ ਲੱਭਦਾ ਨਾ ਸ਼ੋਰਬਾ ਨਾ ਕੋਈ ਓਝਰੀ ਕਿੱਦਾਂ ਸ਼ਹਿਰ ਉਲਟਾ ਜੰਗਲੀ ਬਣ ਗਿਆ ਜੰਗਲ 'ਚ ਰਹਿ ਰਹਿ ਕੇ ਜਾਨਵਰਾਂ ਤਰ੍ਹਾਂ ਤਬੀਅਤ ਹੋ ਗਈ ਦੁਆ ਕਰੋ ਤਬਾਦਲਾ ਹੋਵੇ ਕਿਸੇ ਸ਼ਹਿਰ ਦੇ ਵਿੱਚ ਓਝਰੀ ਖਵੈ ਸਾ ਯਾਰਾਂ ਕੂ ਓਝਰੀ ਸਰ ਜੀ ਕੋਈ ਪੰਛੀ ਪੁੰਛੀ ਆਇਆ ਤੇ ਫੜ ਲਈਏ ਹੋਰ ਤੂੰ ਇੱਥੇ ਮੈਚ ਖੇਡਣ ਆਇਆ ਸਰ ਜੀ ਇਹ ਜੰਗਲ ਹੈ ਇੱਥੇ ਗਿੱਦੜ ਸ਼ਿੱਦੜ ਇਹਨ ਆਖੋ ਤਾਂ ਪਕੜ ਕਿਨੂੰ ਹਾਂ ਐਡੇ ਗਲਤ ਬਕਵਾਸ ਉਹ ਵੀ ਫਾਟਕ ਨੂੰ ਮੈਂ ਕੋ ਚੂੜਾ ਸਮਝਿਆ ਜੋ ਮੈਂ ਗਿੱਦੜ ਫਤੇ ਦਾ ਇੱਕ ਮੇਰੀ ਗੱਲ ਸੁਣ ਲਾ ਤਰੇ ਜਣੇ ਯੈਸ ਸਰ ਯੈਸ ਸਰ ਹੁਣ ਇੱਥੇ ਕੋਈ ਵੀ ਟੱਪੇ ਜੀ ਭਾਵੇਂ ਫਾਟਕ ਦਾ ਪਿਓ ਕਿਉਂ ਨਾ ਹੋਵੇ ਉਹਨੂੰ ਜਾਵਣ ਨਹੀਂ ਦੇਵਣਾ ਫਾਟਕ ਕੋ ਲਾਇਆ ਠੀਕ ਹੈ ਜੇ ਨਾ ਲਾਇਆ ਉਸੋ ਓਝਰੀ ਛੇਕ ਲਾਇ ਸਾ ਓਝਰੀ ਠੀਕ ਹੈ ਸਰ ਇਹ ਯਾਦਗੀਰੀ ਨਾਲ ਸਾਹਿਬ ਜੀ ਪੰਛੀ ਆ ਰਿਹਾ ਰੁਕ ਰੁਕ ਥੱਲੇ ਆ ਜਾਓ ਥੱਲੇ ਆਓ ਸਾਹਿਬ ਕੋਲ ਆ ਜਾਓ ਸਰ ਸਲਾਮ ਅਲੈਕੁਮ
ਤੂੰ ਕੌਣ ਹੈ ਤੇ ਕਿੱਥੋਂ ਆਉਂਦਾ ਪਿਆ ਆ ਆਉਂਦਾ ਕਿੱਥੋਂ ਪਿਆ ਮੈਂ ਜੀ ਅਬਦੁਲ ਹਕੀਮ ਚੋਂ ਆਉਂਦਾ ਪਿਆ ਜੀ ਮੇਰਾ ਨਾਮ ਮਨਜ਼ੂਰ ਹੈ ਜੀ ਅੱਛਾ ਚਾਨ ਮਾਈ ਇਹ ਗੱਡੀ ਦੀ ਕਾਪੀ ਸਾਹਿਬ ਜੀ ਸਾਈਕਲ ਦੀ ਤਾਂ ਕਾਪੀ ਹੁੰਦੀ ਕੋਈ ਨਹੀਂ ਜੀ ਆਇਓ ਅੱਗੋ ਸਬਾਨ ਮਰੇ ਨਾ ਠੁਕਾ ਬੂਥਾ ਤੇ ਐ ਬੂਥਾ ਉੱਡ ਕੇ ਆ ਜਾ ਪਵੇ ਅੱਛਾ ਹੋਰ ਗੱਲ ਸੁਣ ਜੀ ਡਰਾਈਵਰ ਲਾਇਸੈਂਸ ਵਿਖਾ ਡਰਾਈਵਰੀ ਦਾ ਆ ਵਿਖਾ ਲਾਇਸੈਂਸ ਸਾਹਿਬ ਜੀ ਸਾਈਕਲ ਤੇ ਕਿਹੜਾ ਡਰਾਈਵਰ ਲਾਇਸੈਂਸ ਹੁੰਦਾ ਜੀ ਦੱਸਾਂ ਮੈਂ ਤੈਨੂੰ ਹੈ ਇੱਧਰ ਆ ਇੱਧਰ ਜਾ ਲੈ ਅੱਧਾ ਤੈਨੂੰ ਹੁਣ ਆ ਆ ਗਿਆ ਚਾ ਦੱਸਾਂ ਸਾਹਿਬ ਕੋਲ ਆ ਖਲਾ ਮੈਂ ਨਾ ਹੁਣ ਫੱਜ ਦੇ ਕਿੱਥੇ ਹੈ ਆ ਕਿੱਥਾ ਫੱਜ ਨਹੀਂ ਹੈ ਫਾਟਕ SH14 ਹੱਥੇ ਆਈ ਹੈ ਤੂੰ ਹੁਣ ਮੋੜ ਨਿਕਲਣ ਦੀ ਕੋਸ਼ਿਸ਼ ਕਰੇ ਇੱਕ ਦਿਨ ਨਿਕਲਣ ਦੇ ਸੀ ਫਾਟਕ ਆ ਫਾਦਾ ਨੋ ਫਾਦ ਸਾਹਿਬ ਜੀ ਮੈਨੂੰ ਮਾਫੀ ਦੇ ਦਿਓ ਮੈਂ ਗਰੀਬ ਬੰਦਾ ਹਾਂ ਜੀ ਆਇਓ ਤਾਂ ਮੈਂ ਕਿਹੜਾ ਅਮੀਰ ਹਾਂ ਮੇਰੇ ਕਿਹੜੇ ਸਮੁੰਦਰ ਵਿੱਚ ਟਾਂਗੇ ਚੱਲਦਾ ਪਾਇ ਸਿੰਪਲ ਯੈਸ ਸਰ ਇਹਦੀ ਲੰਬਰ ਪਲੇਟ ਚੈੱਕ ਕਰੇ ਨਾ ਲੰਬਰ ਪਲੇਟ ਰਾਈਟ ਸਰ ਆਮ ਹਦ ਯਾਰ ਯੈਸ ਸਰ ਇਹਦੀ ਚੈਥੀ ਲੰਬਰ ਵੇਖੇ ਨਾ ਅਸਲੀ ਹੈ ਕਿ ਨਕਲੀ ਹੈ ਸਰ ਜੀ ਇਹਦੀ ਨੰਬਰ ਪਲੇਟ ਹੈ ਹੀ ਕੋਈ ਨਹੀਂ ਸਰ ਜੀ ਇਹਦੇ ਤੇ ਚੇਸੀ ਨੰਬਰ ਹੀ ਕੋਈ ਨਹੀਂ ਹੈਗੇ ਆਹਾ ਇਹ ਦੋ ਲੰਬਰ ਸਾਈਕਲ ਖਿੱਦੀ ਵਦਾ ਦੋ ਲੰਬਰ ਨਾ ਲੰਬਰ ਪਲੇਟ ਨਾ ਕੇਸੀ ਲੰਬਰ ਨਾ ਲਸਾਂਸ ਇਹ ਦੋ ਲੰਬਰ ਔਰ ਹਾਂ ਮੈਂ ਆਏ ਔਰ ਹਾਂ ਜੀ ਸਰ ਕਿਹੜੀ ਦੁਕਾਨ ਤੋਂ ਸਾਈਕਲ ਖਿੱਦਾ ਆ ਕਿਹੜੀ ਦੁਕਾਨ ਤੋਂ ਲੈ ਆਈ ਸਰ ਇਹ ਮੇਰੇ ਦਾਦੇ ਲੈ ਆਏ ਜੀ ਸਾਈਕਲ ਜੀ ਇਹ ਉਦਾਂ ਦਾ ਹੈ ਜੀ ਇਹ ਦਾਦਾ ਲਿਆ ਸਾਈਕਲ ਦਾਦੇ ਜੀ ਹੈ ਜੀ ਦਾਦੇ ਦਾ ਲਾਇਸੈਂਸ ਲਾ ਪਾਉਸੀ ਜਾ ਲਾਇਆ ਦਾਦੇ ਦਾ ਲਾਇਸੈਂਸ ਸਰ ਜੀ ਬਾਬਾ ਮਰ ਜਾਏਗਾ ਤੇ ਕੋਈ ਹੋਰ ਬਾਬਾ ਬਣਾ ਲਿਆ ਹੈ ਆਏ ਔਰ ਆਇਓ ਮੈਂ ਤੈਨੂੰ ਉੱਥੇ ਧਿੱਕਾ ਦਿੱਤਾ ਤੂੰ ਥਰਾ ਥਰਾ ਕੇ ਪਰਾ ਮੱਲੂ ਤਾਂ ਨਹੀਂ ਨਹੀਂ ਸਰ ਨਹੀਂ ਕਿਸੇ ਪਾਸੇ ਨਹੀਂ ਜਾਂਦਾ ਜੀ ਐ ਮੱਲੂ ਤਾਂ ਨਹੀਂ ਹੈ ਨਹੀਂ ਜੀ ਨਹੀਂ ਸਾਈਕਲ ਕੋਲ ਚੱਲ ਸਾਈਕਲ ਦੇ ਪੋਤਰਾ ਆਇਤ ਦਾਦੇ ਤੇਰੇ ਦਾ ਲਾਇਸੈਂਸ ਨਾ ਹੋਇਆ ਨਾ ਦਾਦੇ ਦਾ 20 ਸਾਲ ਕੈਦ 3 ਮਹੀਨੇ ਫਾਂਸੀ ਸਾਹਿਬ ਜੀ ਇਹ ਕੋ ਤਾਂ ਹੈਲਮਟ ਹੀ ਕੋਈ ਨਹੀਂ ਅੱਛਾ ਇਹ ਜੁਰਮ ਤੂੰ ਜੁਰਮ ਜੁਰਮ ਤੂੰ ਜੁਰਮ ਕੀਤੀ ਵਾਲਾ ਇੱਥਾ ਫਾਟਕ ਦਾ ਕੋਈ ਗੁਨਾਹ ਨਹੀਂ ਆਇ ਆਮ ਹਦ ਯਾਰ ਯੈਸ ਸਰ ਔਰ ਹਾਂ ਯੈਸ ਸਰ ਆ ਜਲਦੀ ਗੱਲ ਤੋਂ ਗੱਲ ਥੋੜੋ ਯੈਸ ਸਰ ਯੈਸ ਸਰ ਆਇ ਔਰ ਆ ਜੀ ਸਰ ਇਹਨੂੰ ਰੱਸੇ ਨਾਲ ਲਮਕਾਇਓ ਆਈ ਸਫੋਜ ਦੇ ਨਾਲ ਠੀਕ ਹੈ ਸਰ 3 ਮਹੀਨੇ ਟੰਗਿਆ ਰਹੇ ਇਹ ਫਾਂਸੀ ਦੀ ਸਜ਼ਾ ਹੈ ਤੇ ਸਾਈਕਲ ਜਿਹੜਾ ਹੈ ਉੱਥੇ ਸਟੈਂਡ ਤੇ ਲਾਓ ਆ ਲਾਓ ਸਟੈਂਡ ਤੇ ਸਰਬਜੀਤ ਕਰ ਇੱਥੇ ਹੁਣ ਤੂੰ ਨੀ ਬਚ ਸਕਦਾ ਫਾਟਾ ਸਾਹਿਬ SH14 ਲੱਗੇ ਨੇ ਇੱਥੇ ਮੇਰੀ ਮਨ ਉਜਰੀ ਬਚਾ ਆਪਣੀ ਚੁੱਪ ਰਹਿ ਸਾਹਿਬ ਜੀ ਇਹ ਸਾਰੇ ਕਾਨੂੰਨ ਗਰੀਬ ਵਾਸਤੇ ਹਨ ਜੀ ਸਾਹਿਬ ਜੀ ਮਾਫੀ ਕਰੋ ਹਾਏ ਉਹ ਸੂਰਾ ਉਹ ਗਰੀਬਾ ਜੇ ਗਰੀਬਾਂ ਨੂੰ ਮਾਫੀ ਮਿਲਦੀ ਤੇ ਪਾਕਿਸਤਾਨ ਖੁਸ਼ਹਾਲ ਨਾ ਹੋ ਜਾਵੇ ਹੁਣ ਤਾਂ ਫਾਟਕ ਦੇ ਹੱਥੀ ਚੜਿਆ ਫਾਟਕ ਦੇ ਤੇ ਉਹ ਜਰੀ ਛੇਕ ਲੈ ਸਾਹਿਬ ਜੀ ਮੈਂ ਗਰੀਬ ਬੰਦਾ ਜੀ ਮੇਰੇ ਨਾਲ ਕੋਈ ਇਨਸਾਫ ਕਰੋ ਜੀ ਅਸਾਂ ਜੋ ਗਰੀਬਾਂ ਨਾਲ ਇਨਸਾਫ ਕੀਤੀ ਰੱਖੀਏ ਤੇ ਅਫਸਰ ਕਿਦੋਂ ਖਾਵੇਣ ਆ ਕਿਦੋਂ ਖਾਵਣ ਮੀਆਂ ਗਰੀਬ ਆ ਆ ਤੁਹਾਨੂੰ ਗਰੀਬ ਕਿਉਂ ਬਣਾਇਆ ਅਮੀਰ ਤਾਂ ਸਾਨੂੰ ਕਾਸ਼ਾ ਦਿੰਦਾ ਨਹੀਂ ਇਹ ਤੁਹਾਂ ਸਾਨੂੰ ਖਾਵਣਾ ਹਯਾਤੀਆਂ ਹਯਾਤੀਆਂ ਆ ਸਿੱਧੀ ਆਖ ਲਓ ਆਕੜੀ ਵੇਖ ਲਈ ਆ ਸਿੱਧੀ ਆ ਇਹ ਕਾਨੂੰਨ ਬਣਿਆ ਹੀ ਗਰੀਬਾਂ ਵਾਸਤੇ ਤੇ ਰਹਿਣਾ ਹੀ ਗਰੀਬਾਂ ਵਾਸਤੇ ਸਾਰੀ ਹਯਾਤੀ ਹੁਣ ਸੋਹਣਾ ਬੱਧਾ ਖੜਾ ਨਾ ਬੱਧਾ ਰਹੋ ਅਸਾਂ ਕਿਹਨੂੰ ਖਾਵਣਾ ਗਰੀਬਾਂ ਗਰੀਬਾਂ ਆ ਸਿੰਪਲ ਜੀ ਸਰ ਇਹਦੀ ਤਲਾਸ਼ੀ ਲਾਵੇ ਨਾ ਲਾਏ ਤਲਾਸ਼ੀ
सर जी मैं ते कोई चरसी लगता है आयो तो तू केड़ा इमरान खान आ पारा उत्ते चढ़ी अपनी पारा खलो आयो फाटक देगू आना कहता आने कहता फाटक देगू आ मार सलूट ਸਿਆਣਾ ਬਣਦਾ ਵੈਨਾ ਸੈਂਪਲ ਸਿਆਣਾ ਆ ਪਿੱਛਾ ਅਟਕ ਲੋ ਉੱਤੇ ਬੰਦੂਕ ਲੈ ਖੜਾ ਉੱਤੇ ਬੰਦੂਕ ਲੈ ਓਏ ਇਸ ਨੌਕਰੀ ਨਾਲ ਤਾਂ ਜੁੱਤੀਆਂ ਪਾਲਿਸ਼ ਚੰਗੀਆਂ ਨਹੀਂ ਕਰਨਾ ਓਏ ਸਰ ਜੀ ਇੱਕ ਹੋਰ ਪੰਛੀ ਆ ਰਿਹਾ ਅੱਛਾ ਆ ਰੋਕ ਇਹਨੂੰ रोक हेलो रोक 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 गड्डी बंद कर आ भाई किधर जा रहे हो सर मैं ऑफिस जा रहा हूँ अच्छा जरा गड्डी ओके करो साहब को लाओ जी सर हाँ भाई किदो आमदा पे आमदा किदो पे हैं तो सर मैं घर से आ रहा हूँ और ऑफिस जा रहा हूँ आयो ਕਿਹੜਾ ਟਾਈਮ ਹੈ ਦਫ਼ਤਰ ਦਾ ਦਫ਼ਤਰ ਦਾ ਟਾਈਮ ਕਿਹੜਾ ਹੈ ਸਰ ਮੈਂ ਬੱਚੇ ਕੀ ਦਵਾਈ ਲੈਣੀ ਸੀ ਤੋ ਮੈਂ ਪਹਿਲੇ ਇੱਕ ਘੰਟਾ ਲੇਟ ਹੂੰ ਮਿਹਰਬਾਨੀ ਫਰਮਾਏ ਮੈਨੂੰ ਜਾਣੇ ਦੇ ਆਇਓ ਉਹ ਇੱਧਰ ਦਫ਼ਤਰ ਕਿਹੜਾ ਹੈ ਮੈਨੂੰ ਵਿਖਾ ਤਾਂ ਸਹੀ ਸਰ ਉਸ ਸਾਈਡ 'ਤੇ ਟ੍ਰੈਫਿਕ ਜਾਮ ਸੀ ਤੋ ਮੈਂ ਸੋਚਿਆ ਕਿ ਸ਼ਾਰਟਕੱਟ ਜੰਗਲ ਸੇ ਲਗਾ ਲੈਤਾ ਹੂੰ ਤੋ ਪਲੀਜ਼ ਮਿਹਰਬਾਨੀ ਫਰਮਾਏ ਆਏ ਪੁਲੀਜ਼ ਪੁਲੂਸ ਮੈਨੂੰ ਨਾ ਦੱਸ ਸਿੱਧੀ ਗੱਲ ਕਰ ਕਿਹੜੀ ਵਾਰਦਾਤ ਇੱਥੇ ਬਣਾ ਵਾਰਦਾਤ ਹੋ ਸਰ ਬਲੀਵ ਮੀ ਹਾਂ ਉਹ ਕੀ ਆਖਿਆ ਈ ਤੜੀਆਂ ਪਿਆ ਲੈਣਾ ਫਾਟਕ ਐਸ ਐਚ ਓ ਨੂੰ ਉਹ ਵੀ ਫਾਟਕ ਐਸ ਐਚ ਓ ਨੂੰ ਤੜੀਆਂ ਸਦਕੇ ਜਾਵਾਂ ਸਦਕੇ ਸਰ ਪਲੀਜ਼ ਲਿਸਨ ਟੂ ਮੀ ਆਇਓ ਤੂੰ ਜਿਵੇਂ ਬੋਲੀ ਜਾਵੇਂ ਬੋਲੀ ਜਾਵੇਂ ਮੈਨੂੰ ਚਬਲ ਬਣਾਇਆ ਮੈਂ ਅਨਪੜ੍ਹ ਹਾਂ ਅਸੈਂਪਲ ਯੈਸ ਸਰ ਇਹ ਕੀ ਆਉਂਦਾ ਗੱਤੀ ਹੈ ਸਰ ਲੱਗ ਗਿਆ ਪਤਾ ਲੱਗ ਗਿਆ ਪਤਾ ਮੈਨੂੰ ਇੱਧਰ ਯੈਸ ਸਰ ਇਹ ਕੀ ਕਹਿ ਰਿਹਾ ਸਰ ਜੀ ਲੱਗਦਾ ਹੈ ਕੋਈ ਗੱਲ ਕਰ ਰਿਹਾ ਮੈਨੂੰ ਵੀ ਇਹੀ ਲੱਗਦਾ ਕੋਈ ਗੱਲ ਕਰ ਰਿਹਾ ਸਰ ਜੀ ਮੈਨੂੰ ਸਾਰੀ ਸਮਝ ਆ ਗਈ ਇਹਨੇ ਜੋ ਕਿਹਾ ਹੈ ਤੁਸੀਂ ਮੇਰੇ ਨਾਲ ਚਲੋ ਤੁਹਾਨੂੰ ਮੈਂ ਦੱਸਦਾ ਇਹਦੇ ਸਾਹਮਣੇ ਗੱਲ ਨਹੀਂ ਕਰ ਸਕਦਾ ਮੈਂ ਆਓ ਅੱਛਾ ਇੱਧੇ ਆ ਮੁੜ ਮੈਨੂੰ ਗੱਲ ਕਰ ਕਰ ਗੱਲ ਹਾਂ ਸਰ ਜੀ ਇਹਨੇ ਇੰਗਲਿਸ਼ 'ਚ ਕੋਈ ਗੱਲ ਕੀਤੀ ਆ ਆਪਾਂ ਨੂੰ ਸਮਝ ਨਹੀਂ ਆਈ ਇੰਗਲਿਸ਼ 'ਚ ਜੀ ਮਰਨ ਭਾਈ ਅੰਗਰੇਜ਼ ਦੇ ਬਚੜੇ ਜਿੱਥੇ ਬੈਠਾ ਛਾਲਾ ਲਾ ਤਾਂ ਭੱਜੋਸ ਐਡੀ ਸਾਡੀ ਸੋਹਣੀਆਂ ਬੋਲੀਆਂ ਹਨ ਸਾਡੇ ਬੱਚੇ ਵੀ ਅੰਗਰੇਜ਼ੀ ਬੋਲਣ ਲੱਗ ਗਏ ਸਿਰਫ ਸਾ ਕੋ ਸਮਝ ਨਹੀਂ ਪਾਉਂਦੀ ਹੈਂ ਅੰਗਰੇਜ਼ਾਂ ਦੇ ਟਾਈਮ ਮੈਂ ਹੁੰਦਾ ਨਾ ਫਾਟਕ ਉਹ ਹੁੰਦਾ ਮੈਂ ਅੰਗਰੇਜ਼ ਦੀ ਓਝਰੀ ਕੱਢਾਂ ਮੂੰ ਪਹਿਲੇ ਓਝਰੀ ਕੱਢਾਂ ਮੂੰ ਮੋੜ ਉਹਦੇ ਨਾਕੇ ਸੋਟਾ ਟਪਾਈਆਂ ਮੂੰ ਹੈਂ ਸਾਡੀਆਂ ਸਾਰੀਆਂ ਸੋਹਣੀਆਂ ਬੋਲੀਆਂ ਖਰਾਬ ਕਰਕੇ ਹੈ ਉਹ ਸੈਂਪਾਲ ਜੀ ਆਪਾਂ ਆਪਸ ਵਿੱਚ ਖਲਿਆ ਇਸ ਮੈਨੂੰ ਆਖਿਆ ਕੀ ਹੈ ਇੰਗਲਿਸ਼ 'ਚ ਕੋਈ ਤੇਰੇ ਸਿਰ ਨੇ ਚੰਬਦੀ ਪਈ ਹੋਵੇ ਗੱਲ ਸਰ ਇਸ ਆਖਿਆ ਪਲੀਜ਼ ਪਲੀਜ਼ ਦਾ ਤਾਂ ਮੈਨੂੰ ਪਤਾ ਅਗਲੀ ਗੱਲ ਕਿਹੜੀ ਕੀਤੀ ਅਗਲੀ ਗੱਲ ਸਹੀ ਸੁਣੋ ਲਸਨ ਤੂੰ ਮੈਂ ਇਹਦਾ ਕੀ ਮਤਲਬ ਹੈ ਲਸਨ ਦਾ ਮਤਲਬ ਹੋ ਗਿਆ ਥੂਮ ਤੂੰ ਅਤੇ ਮੈਂ ਥੂਮ ਦੇ ਮੂੰਹ ਵਾਲੇ ਹਾਂ ਜੀ ਹਾਂ ਸੈਂਪਲ ਤੇਰੀ ਤਾਂ ਖੈਰ ਹੈ ਉਸ ਮੈਨੂੰ ਵੀ ਥੋਮ ਦੇ ਮੂੰਹ ਵਾਲਾ ਸੱਦਿਆ ਮੈਂ ਇਹਦੇ ਨਾਲ ਇੰਜ ਮੁੱਕਾ ਇੰਜ ਮੁੱਕਾ ਜਿਵੇਂ ਕੁੱਤੇ ਕਸਾਈ ਨਾਲ ਮੁੱਕਦੇ ਹਨ ਆਇਓ ਭਾਈ ਆ ਇਹ ਤਾਂ ਇਹਨੂੰ ਅਸੀਂ ਥੋਮ ਦੇ ਮੂੰਹ ਮਲੂਮ ਆਇਆ ਬਈ ਸਾਡਾ ਥੋਮ ਤਰ੍ਹਾਂ ਮੂੰਹ ਹੈ ਜੀ ਆ ਜੀ ਜੂ ਨਾ ਕਰ ਅਸੀਂ ਤਾਂ ਇਹਨੂੰ ਥੋਮ ਦੇ ਮੂੰਹ ਵਾਲੇ ਲੱਗੇ ਆਇਆ ਸਰ ਮੈਨੇ ਤੋ ਨਹੀਂ ਕਹਾ ਤੇ ਸਾਨੂੰ ਇੰਗਲਿਸ਼ 'ਚ ਕੀ ਆਖੇ ਸਾਨੂੰ ਅਨਪੜ੍ਹ ਸਮਝੇ ਇਹ ਅਨਪੜ੍ਹ ਨਹੀਂ ਖਲਾ ਤੇਰੇ ਸਾਹਮਣੇ
सर मैंने कहा है कि मेरी बात सुने। तो मैं डोरा मैं सुनता नहीं गत्ती हाँ। चल मैंने मुझे बात करो करो बात मुझे के गाल। सर मैं ये अर्ज कर रहा हूँ कि मैं पहले ऑफिस से लेट हूँ, प्लीज मुझे जाने दे। आयो कोई लसंस है? सर लसंस ऑफिस में पड़ा है। कॉपी ऑफिस में, हेलमेट वो भी ऑफिस में है, ते तेरा शनाक्षी कार्ड वो भी ऑफिस में है। हालो थालो हालो तो तू इतना की करे दवना, क्यों वहाँ फाटक दा दिमाग खराब की तई की करे दवना इतने। सैंपल जी सर, इन्हों थाने ना चलो ना उठाई बुकने दे नार पे कि वे हार शाय ऑफिस छड़ी वादा। सर जी बात सुने, मैं शरीफ आदमी हूँ। ओ ते मैं जुए कराई ना, मैं मुसरा कराई ना है? ਆ ਮੈਂ ਤੈਨੂੰ ਬਦਮਾਸ਼ ਬਲੂਮ ਹੋਣਾ, ਆ ਬਦੂਕ ਥੱਲੇ ਕਰ ਮੈਨੂੰ ਸਾਵੇ ਕਿਸ ਤੇ ਖਲਾ। ਸ਼ਾਬਾਸ਼ ਸ਼ਾਬਾਸ਼। ਓਏ ਗੱਲ ਸੱਚੀ ਕਰ ਚਾ ਸ਼ਾਇਦ ਤੈਨੂੰ ਛੋੜ ਦੇ। ਇਹ ਕਿਹੜੀ ਵਾਰਦਾਤ ਤੇ ਇੱਥੇ ਜੰਗਲ 'ਚ ਆਇਆ ਵਾ? ਸਰ ਜੀ ਮੈਨੂੰ ਤਾਂ ਲੱਗਦਾ ਇੰਡੀਆ ਦਾ ਜਸੂਸ ਹੈ। ਅੱਛਾ ਸਰ ਜੀ ਗੱਲ ਸਹੀ ਕਹਿ ਰਹੇ ਨੇ, ਇਹਦੀ ਸ਼ਕਲ ਤੋਂ ਮਾਲੂਮ ਹੋ ਰਿਹਾ ਮੈਨੂੰ ਤਾਂ ਆਪ। ਅੱਛਾ ਹਾਂ ਓ ਮੁਸਲਮਾਨ ਹੈ ਜੀ? ਅਲਹਮਦੁਲਿਲਾ ਮੁਸਲਮਾਨ ਹੋ। ਕਲਮਾ ਸੁਣਾ। ਬਿਸਮਿਲ੍ਲਾਹਿ ਰਹਿਮਾਨ ਰਹੀਮ, ਲਾ ਇਲਾਹ ਇਲਾਹ ਮੁਹੰਮਦ ਰਸੂਲੁਲ੍ਲਾਹ ਸੱਲੱਲਾਹੁ ਅਲੈਹਿ ਵਅਲਿਹਿ ਵਸੱਲਮ। ਸ਼ਾਬਾਸ਼ ਸ਼ਾਬਾਸ਼। ਨਾ ਨਾ ਸਰ ਜੀ, ਜਸੂਸਾਂ ਨੂੰ ਬਕਾਇਦਾ ਟ੍ਰੇਨਿੰਗ ਦੇ ਵਿੱਚ ਸਾਰਾ ਕੁਝ ਸਿਖਾਇਆ ਜਾਂਦਾ, ਕਲਮਾ ਵੀ ਸਿਖਾਇਆ ਜਾਂਦਾ। ਅੱਛਾ ਆਹੋ ਆ ਪਾਕਿਸਤਾਨ ਨੂੰ ਜੀ ਇੰਨਾ ਜ਼ਲੀਲ ਕਰਨਾ ਹੁੰਦਾ ਹੈ ਤੇ ਸਾਰਾ ਕੁਝ ਸਿੱਖ ਤੇ ਆਉਂਦੇ। ਇਹਨੂੰ ਮੇਰੀ ਸਲਾਹ ਹੈ, ਲਾ ਚੱਲੋ ਲੈ ਕਰੀ ਹੈਗਾ ਥਾਣੇ। ਸਰ ਬਲੀਵ ਮੀ, ਓਏ ਇੰਗਲਿਸ਼ ਨਾ ਪਿਆ ਬੋਲਣਾ, ਅਸੀਂ ਤੰਗ ਆਈ ਉਹਨਾਂ ਸੂਰਾਂ ਅੰਗਰੇਜ਼ਾਂ ਤੋਂ। ਇੰਗਲਿਸ਼ ਹੁਣ ਨਾ ਪਿਆ ਬੋਲਣਾ, ਮੁਕਬਰ ਸਾਹਿਬ ਤੇ ਪੁੱਠਾ ਲਗਾ ਦੱਸ। ਸਰ ਜੀ एक कॉल कर सकता हूँ? हाँ यो एक का इन्नो फोन करूँ, मैंनो ताड़ी लाऊँ है, हैं? ओ भी फाटा का सच ओनो। सर जी मैं 1122 में मुलाजम हूँ, मैं आपको नंबर बताता हूँ, आप वहाँ कॉल करके पता कर लें मैं कौन हूँ। अच्छा मैं उद्दू पता करा, तो इन्नो पता कोई नहीं जो तू कौन है, उद्दू जरूरी उद्दू पता करना, तू दास तू के बला। सर वजीर अली मेरा नाम है और दरबार अब्दुल हकीम के साथ ही मेरा घर है, आपने मुझे बेकसूर पकड़ा हुआ है। हालिया ना बेकसूर पकड़ा होया, एक तो मैनू दस, ना तेरे कोल गड्डी दी कापी, ना शनाक्षी कार्ड, ना लसांस, ना हेलमेट, हर शायद दफ्तर पई है। अब तू पढ़िया लिखे होया मैनू पता लग गया, गवर्नमेंट दा मुलाजिम है तू, काशा ना काशा तो कॉल होवे, शनाक्षी कार्ड तो कॉल होना चाहिदा है ना। ਤਾਂ ਤਾਂ ਸਾਡੇ ਪਾਕਿਸਤਾਨ ਦੀ ਫਨਾਈ ਕੀਤੀ ਵਈ ਦਿਨ ਗੰਦੇ ਮੌਲਕਾਂ ਲੈ ਬਈ, ਜਸੂਸ ਤਾਂ ਐਂ ਤਰ੍ਹਾਂ ਹੁੰਦੇ, ਇੱਕ ਤਾਂ ਤੇਰੇ ਕੋਲ ਹੈ ਕਾਸ਼ਾ ਨਾ, ਦੂਆ ਤੂੰ ਐਸ ਪੀ ਦੀਆਂ ਤੜੀਆਂ ਨਾਲ ਦੇਣਾ। ਦੱਸ ਮੈਂ ਗੱਲ ਪਾਉਂਦਾ ਪਿਆ, ਦੱਸ ਜੀ ਆਪ ਠੀਕ ਕਹਿ ਰਹੇ ਹੈ? ਇੱਥੇ ਗੱਲ ਕਰਨਾ, ਇੱਥੇ ਗੱਲ ਕਰ, ਹੁਣ ਠੀਕ ਆਇਆ ਹੈ? ਹੈਂ ਪਤਾ ਲੱਗਾ ਹੀ ਫਾਟਾ ਕੈਸੇ ਚੋਦਾ, ਬੰਦੇ ਨਿਚੋੜ ਘਟੇ ਹੁੰਦਾ ਜਿਵੇਂ ਬੰਦੇ ਦੀ ਉਜਰੀ ਨਹੀਂ ਮੱਛੀ ਕਹਿੰਦਾ, ਇੰਨੇ ਨਿਚੋੜ ਘਟੇ ਨਾ। ਅੱਛਾ ਕੰਮ ਕਰ, ਉਹ ਰੱਖ ਲਓ ਪਹਿਲਾਂ ਦਫ਼ਤਰ ਦਾ ਨੰਬਰ ਦੱਸ ਦੱਸ ਮਿਲਾ ਦਫ਼ਤਰ ਦਾ ਨੰਬਰ। ਹੈਲੋ ਇਹ ਦਫ਼ਤਰ 1122 ਵਾਲਿਆਂ ਦਾ ਹੈ? ਅੱਛਾ ਕੋਈ ਵਜ਼ੀਰ ਅਲੀ ਇਸ ਦਫ਼ਤਰ ਵਿੱਚ ਕੰਮ ਕਰਦਾ ਹੈ? ਅੱਛਾ ਮੈਂ ਪਿਆ ਬੁਲੇਨਾ ਫਾਟਕ ਐਸ ਐਚ ਓ ਨਾਕੇ 'ਤੇ ਖਲਾਂ ਨਾਕੇ 'ਤੇ, ਅਤੇ ਵਜ਼ੀਰ ਅਲੀ ਮੇਰੇ ਕੋਲ ਨਰੜਿਆ ਖਲਾ ਹੈ, ਇਹਦਾ ਸਾਰਾ ਸਮਾਨ ਉਥਾਏ ਪਿਆ, ਲਸੰਸ ਵਗੈਰਾ ਕਾਪੀ ਮੋਟਰਸਾਈਕਲ ਦੀ ਆ, ਇਹਦਾ ਸ਼ਨਾਕਸ਼ੀ ਕਾਰਡ, ਇਹ ਵੇਖੋ ਠੀਕ ਹੈ। ਅਸੈਂਪਾਲ ਜੀ ਸਰ ਇਹਨੂੰ ਛੋੜ ਦੇ।
ठीक है सर, जाओ भाई जान। ऐंदा वास्ते जेड़ा है तू पढ़िया लिखिया, शनाख्ती कार्ड, कापी, लाइसेंस, हेलमेट। ए कोई नहीं है ना, तो दूई बारी मैं कोई नहीं हूँ बचकड़ा, कोई नहीं हूँ माफी देवनी। ए मोड़ी तो मेरे हाथ ही आ सकना, शनाख्ती कार्ड, लाइसेंस, कापी, कागज तेरी जेब में। ठीक है सर। आ वन्या नाली कार। ठीक है सर, शुक्रिया। वन्या नाली कार ते इत्थे नजर ना। मोड़ाकड़ी खड़ी है फाटक दे अगो, ऐसे पी दिया तड़िया। सर जी, बाबे नहीं छोड़ दे, बेचारा रोई जांदा है। ओ बाबा, निकलण वाली कार ऐसो मारे छरे सर साइकिल लई बना, और तेरी तबीयत ही बन्नी होई साइकिल तरह है। आ निकलण वाली कार बाबा निकल, दिमाग पुट्ठा ही हो सकदा है। ओ रवे ना परा निकल, एनु का अड्डा बाबे नु। यस सर। असैंपाल जी सर, और दे वे अंधेरा में चारों तरफ और दे, कोई पंछी अड़ जाता है। ठीक है सर, ठीक। हमारी वीडियो अच्छी लगे तो सब्सक्राइब जरूर करें।